ਸਤਿ ਸ਼੍ਰੀ ਅਕਾਲ ਜੀ ਚੈਨਲ ਤੜਕਾ ਤੁੜਕਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਕੜਾਹੀ ਪਨੀਰ ਬਿਲਕੁਲ ਰੈਸਟੋਰੈਂਟ ਵਰਗਾ ਹੋਟਲ ਵਰਗਾ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਘਰੇ ਤੇ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਬਣਾਵਾਂਗੇ ਮਸਾਲਾ ਉਹਦੇ ਵਾਸਤੇ ਇਹ ਲਿਆ ਮੈਂ 4 ਚਮਚੇ ਲੈਨੇ ਸੁੱਕਾ ਧਨੀਆ ਤੇ ਇੱਕ ਚਮਚਾ ਲਿਆ ਜੀਰੇ ਦਾ ਇੱਕ ਚਮਚਾ ਹੀ ਲਵਾਂਗੇ ਆਪਾਂ ਕਾਲੀਆਂ ਮਿਰਚਾਂ ਦਾ ਵਧੀਆ ਭਰ-ਭਰ ਕੇ ਲੈਨੇ ਮੈਂ ਜੇ ਸਾਫਵਾਸ਼ਾ ਦੇ ਵਿੱਚ ਆਪਾਂ ਕਹੀਏ ਪੰਜਾਬੀ ਭਾਸ਼ਾ ਦੇ ਵਿੱਚ ਤਾਂ ਚਾਰ ਭਾਗ ਲਿਆ ਆਪਾਂ ਧਨੀਆ ਇੱਕ ਭਾਗ ਲਿਆ ਜੀਰਾ ਤੇ ਇੱਕ ਭਾਗ ਲਈ ਆਪਾਂ ਕਾਲੀ ਮਿਰਚ ਤੇ ਥੋੜਾ ਜਿਹਾ ਗੈਸ ਚਲਾ ਕੇ ਆਪਾਂ ਇਹਨੂੰ ਗਰਮ ਕਰਾਂਗੇ ਤਿੰਨ ਕਲੀਆਂ ਨੇ ਇਹ ਮੈਂ ਸੁੱਕੀਆਂ ਲਾਲ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਲੂਣ ਲੂਣ ਪਾਉਣ ਨਾਲ ਇੱਕ ਤਾਂ ਜਿਹੜਾ ਮਸਾਲਾ ਆਪਣਾ ਬਿਲਕੁਲ ਜਿਹੜੇ ਇਹ ਮਸਾਲੇ ਨੇ ਬਰਾਬਰ ਭੁੱਜਦੇ ਨੇ ਜਲਦੇ ਨਹੀਂ ਹੈਗੇ ਤੇ ਦੂਜਾ ਜਦੋਂ ਆਪਾਂ ਮਿਕਸੀ ਦੇ ਵਿੱਚ ਇਹਨਾਂ ਨੂੰ ਪੀਸਦੇ ਆ ਨਾ ਫਿਰ ਇਹਨਾਂ ਦੇ ਵਿੱਚੋਂ ਤੇਲ ਨਿਕਲਦਾ ਜਿਹੜਾ ਲੂਣ ਆ ਉਹਨਾਂ ਨੂੰ ਆਪਣੇ ਦੇ ਵਿੱਚ ਸੋਕ ਲੈਂਦਾ ਤੇਲ ਨੂੰ ਬਿਲਕੁਲ ਵੀ ਜਿਹੜੀ ਇਹਦੀ ਖੁਸ਼ਬੂ ਆ ਕਿਸੇ ਪਾਸੇ ਇਹਨੂੰ ਜਾਣ ਨਹੀਂ ਦਿੰਦਾ ਆਪਣੇ ਅੰਦਰ ਇਹਨੂੰ ਸਮਾ ਲੈਂਦਾ ਸੋ ਲੂਣ ਪਾਉਣਾ ਬਹੁਤ ਜ਼ਰੂਰੀ ਆ ਬੇਸਿਕ ਜੀ ਚੀਜ਼ ਆ ਇਹ ਤੁਸੀਂ ਵੇਖ ਸਕਦੇ ਹੋ ਮੇਰੀ ਕੜਾਹੀ ਜ਼ਿਆਦਾ ਗਰਮ ਨਹੀਂ ਹੈਗੀ ਬਿਲਕੁਲ ਵੀ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਮੈਂ ਇਹਨੂੰ ਹੱਥ ਨਾਲ ਹਿਲਾ ਸਕਦੀ ਆ ਜਦੋਂ ਤੱਕ ਆਪਣਾ ਮਸਾਲਾ ਭੁੱਜਦਾ ਕਿਉਂਕਿ ਕੜਾਹੀ ਜਿਆਦਾ ਗਰਮ ਨਹੀਂ ਹੈਗੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੈਂ ਕੱਟੇ ਨੇ ਪਿਆਜ਼ ਇਹਨਾਂ ਨੂੰ ਮੈਂ ਚਾਰਪਾ ਕਰਕੇ ਇੱਕ ਪਿਆਜ਼ ਦੇ ਤੇ ਉਹਨੀਆਂ ਕਲੀਆਂ ਬਣਾ ਲਈਆਂ ਕੱਲੀ-ਕੱਲੀ ਨੂੰ ਖੋਲ ਲਿਆ ਮੈਂ ਤੇ ਤਿੰਨ ਲਈਆਂ ਨੇ ਮੈਂ ਹਰੀਆਂ ਮਿਰਚਾਂ ਓਡੇ ਕ ਸਾਈਜ਼ ਦੀਆਂ ਹੀ ਮੈਂ ਹਰੀਆਂ ਸ਼ਿਮਲਾ ਮਿਰਚਾਂ ਕੱਟੀਆਂ ਨੇ ਸੌਰੀ ਸ਼ਿਮਲਾ ਮਿਰਚ ਲਈਆਂ ਮੈਂ ਤੇ ਇਧਰ ਮੇਰਾ ਮਸਾਲਾ ਭੁੱਜ ਗਿਆ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਸੀ ਜਿਆਦਾ ਨਹੀਂ ਆਪਾਂ ਇਹਨੂੰ ਭੁੰਨਣਾ ਬਸ ਸਿਰਫ ਇਹਦੇ ਚ ਖੁਸ਼ਬੂ ਆਉਣੀ ਚਾਹੀਦੀ ਆ ਤੇ ਇਹਨੂੰ ਆਪਾਂ ਠੰਡਾ ਹੋਣ ਦੇਵਾਂਗੇ ਲੋ ਜੀ ਇਹਨੂੰ ਮੈਂ ਦਰਦਰਾ ਜਾ ਪੀਸ ਲਿਆ ਬਿਲਕੁਲ ਵੀ ਇਹਨੂੰ ਆਪਾਂ ਬਰੀਕ ਨਹੀਂ ਕਰਨਾ ਦਰਦਰਾ ਜਾ ਪੀਸਣਾ ਮੈਂ ਮਿਕਸੀ ਚ ਪੀਸਿਆ ਤੁਸੀਂ ਕਿਸੇ ਮਾਮਦਸ ਕੀ ਹੁੰਦਾ ਮਾਮਦਸਤਾ ਉਹਦੇ ਚ ਘੁੱਟ ਸਕਦੇ ਹੋ ਕੁੰਡੇ ਚ ਘੁੱਟ ਸਕਦੇ ਹੋ ਤੇ ਤਿੰਨ ਲਈਆਂ ਨੇ ਮੈਂ ਹਰੀਆਂ ਮਿਰਚ ਆਦਰਕ ਲਿਆ ਤੇ ਲਸਣ ਲਿਆ ਤੇ ਇਹਦਾ ਆਪਾਂ ਪੇਸਟ ਬਣਾ ਲਾਂਗੇ ਇਧਰ ਗੈਸ ਤੇ ਮੈਂ ਕੜਾਹੀ ਰੱਖ ਲਈ ਤੇ ਇਹਦੇ ਚ ਪਾਉਂਗੀ ਮੈਂ ਜੀ ਤਿਲਾਂ ਦਾ ਤੇਲ ਸਰਦੀ ਦੇ ਵਿੱਚ ਸਾਨੂੰ ਖਾਣਾ ਚਾਹੀਦਾ ਤਿਲਾਂ ਦਾ ਤੇਲ ਜ਼ੈਤੂਨ ਦਾ ਤੇ ਥੋੜਾ ਜਿਹਾ ਸਰੋਂ ਦੇ ਤੇਲ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਜਾ ਤੁਸੀਂ ਦੇਸੀ ਘਿਓ ਖਾ ਸਕਦੇ ਹੋ ਸਭ ਤੋਂ ਵਧੀਆ ਦੇਸੀ ਘਿਓ ਆ ਜਿਹੜਾ ਸਾਡੇ ਘਰ ਦਾ ਬਣਿਆ ਹੋਇਆ ਹੁੰਦਾ ਤੇ ਇੱਕ ਕਟਿਆ ਮੈਂ ਟਮਾਟਰ ਇਹਦੇ ਮੈਂ ਬੀਜ ਕੱਢ ਤੇ ਤੁਸੀਂ ਹੋਰ ਵੀ ਟਮਾਟਰ ਪਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਖੱਟਾ ਖਾਣਾ ਪਸੰਦ ਕਰਦੇ ਹੋ ਪਰ ਆਪਾਂ ਮੀਡੀਅਮ ਜਾਂ ਖੱਟਾ ਖਾਣਿਆ ਤੇ ਇਹ ਲਿਆ ਮੈਂ ਘਰ ਦਾ ਬਣਿਆ ਹੋਇਆ ਪਨੀਰ ਜਿਹਨੂੰ ਮੈਂ ਹੁਣੇ-ਹੁਣੇ ਬਣਾਇਆ ਮੈਂ ਕੋਈ ਦੁੱਧ ਨਹੀਂ ਸੀ ਮਣਿਆ ਮੇਰਾ خیال 1.5 ਲੀਟਰ ਦੁੱਧ ਹੋਊਗਾ 1.5 2 ਹੋ ਸਕਦਾ ਤੇ ਬਹੁਤ ਜ਼ਿਆਦਾ ਵਧੀਆ ਆਪਣਾ ਪਨੀਰ ਬਣਿਆ ਬਹੁਤ ਹੀ ਜ਼ਿਆਦਾ ਪੋਲਾ ਸੌਫਟ ਤੇ ਇਹਨੂੰ ਆਪਾਂ ਵੱਡੇ ਵੱਡੇ ਟੁਕੜਿਆਂ ਚ ਕੱਟ ਲਾਂਗੇ ਤੁਸੀਂ ਆਪਣੀ ਮਰਜ਼ੀ ਨਾਲ ਵੱਡੇ ਛੋਟੇ ਪੀਸ ਕਰ ਸਕਦੇ ਹੋ ਕਿਉਂਕਿ ਸਬ지 ਸਵਾਦ ਤੇ ਡਿਪੈਂਡ ਕਰਦੀ ਆ ਕੱਟਣ ਤੇ ਡਿਪੈਂਡ ਨਹੀਂ ਕਰਦੀ ਕਿ ਤੁਸੀਂ ਪਨੀਰ ਨੂੰ ਕਿਵੇਂ ਕੱਟਿਆ ਕਿਸੇ ਵੀ ਤਰੀਕੇ ਨਾਲ ਕੱਟ ਸਕਦੇ ਹੋ ਜਿਹੜੇ ਛੋਟੇ ਪੀਸ ਨੇ ਇਹਨੂੰ ਮੇਰਾ ਬੇਟਾ ਕੱਚਾ ਹੀ ਖਾ ਲੂਗਾ ਉਹਨੂੰ ਬਹੁਤ ਜ਼ਿਆਦਾ ਪਸੰਦ ਆ ਪਨੀਰ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੌਫਟ ਪਨੀਰ ਬਣਿਆ ਬੱਚਿਆਂ ਨੂੰ ਕੱਚਾ ਪਨੀਰ ਜ਼ਰੂਰ ਦੇਣਾ ਚਾਹੀਦਾ ਜੇ ਉਹ ਖਾਂਦੇ ਨੇ ਕਿਉਂਕਿ ਬਹੁਤ ਜ਼ਿਆਦਾ ਚੰਗਾ ਹੁੰਦਾ ਬੱਚਿਆਂ ਵਾਸਤੇ ਤੇ ਸਾਰੇ ਪਨੀਰ ਨੂੰ ਆਪਾਂ ਇਸੇ ਤਰੀਕੇ ਨਾਲ ਕੱਟ ਲਾਂਗੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਨੀਰ ਦੀ ਰੈਸਪੀ ਵੀ ਜ਼ਰੂਰ ਦੇਵਾਂਗੀ ਬਹੁਤ ਹੀ ਸੌਖੇ ਤਰੀਕੇ ਨਾਲ 10 ਮਿੰਟਾਂ 'ਚ ਹੀ ਪਨੀਰ ਬਣ ਕੇ ਤਿਆਰ ਹੋ ਜਾਂਦਾ ਕੋਈ ਘੰਟਿਆਂ ਵੱਧੀ ਇਹਨੂੰ ਬਣ ਕੇ ਰੱਖਣ ਦੀ ਲੋੜ ਨਹੀਂ ਵੀ ਤੁਸੀਂ ਘੰਟਾ ਦੇ ਤੇ ਬਾਹਰ ਰੱਖਣਾ ਜੀ ਤੇ ਇਧਰ ਆਪਣਾ ਜਿਹੜਾ ਤੇਲ ਆ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਬਜ਼ੀਆਂ ਨੂੰ ਸੌਟੇ ਕਰ ਲਾਂਗੇ ਸੌਟੇ ਮਤਲਬ ਆਪਾਂ ਬਿਲਕੁਲ ਹਲਕਾ ਜਿਹਾ ਭੁੰਨਾਂਗੇ 2 ਮਿੰਟ ਵਾਸਤੇ ਇਹਨਾਂ ਦਾ ਕੱਚਾਪਨ ਨਹੀਂ ਖਤਮ ਕਰਨਾ ਆਪਾਂ ਥੋੜਾ ਜਿਹਾ ਕੱਚਾਪਨ ਇਹਨਾਂ ਦੇ ਵਿੱਚ ਰਹਿਣਾ ਚਾਹੀਦਾ ਕਿਉਂਕਿ ਜੇ ਜ਼ਿਆਦਾ ਓਵਰਕੁਕ ਕਰਤੀਆਂ ਸਬਜ਼ੀਆਂ ਆਪਾਂ ਜ਼ਿਆਦਾ ਭੁੰਨ ਲਈਆਂ ਫਿਰ ਆਪਣਾ ਜਿਹੜਾ ਕੜਾਹੀ ਪਨੀਰਾ ਸਵਾਦ ਨਹੀਂ ਬਣਦਾ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਇਹਨੂੰ ਬਹੁਤ ਜ਼ਿਆਦਾ ਨਹੀਂ ਭੁੰਨਣਾ ਬਿਲਕੁਲ ਤੇਜ਼ ਅੱਗ ਤੇ ਆਪਾਂ 2 ਤੋਂ 3 ਮਿੰਟ ਭੁੰਨਾਂਗੇ ਜਦੋਂ ਤੱਕ ਇਹਨਾਂ ਦਾ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਆਪਾਂ ਸਬਜ਼ੀ ਬਣਾਉਣੀ ਹੈ ਮੇਰੀਆਂ ਭੈਣਾਂ ਸਬਜ਼ੀ ਬਣਾਉਂਦੀਆਂ ਨੇ ਰਸੋਈ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਸਬਜ਼ੀ ਕਦੋਂ ਅੱਧਿਕਾ ਕੱਚੀ ਹੋ ਜਾਂਦੀ ਹੈ ਅੱਧਿਕਾ ਕੱਚਾ ਭੁੰਨਣਾ ਆਪਾਂ ਇਹਨੂੰ ਅੱਧਾ ਕੱਚਾ ਹੀ ਰੱਖਾਂਗੇ ਸਬਜ਼ੀਆਂ ਨੂੰ ਇੱਥੇ ਕੁਝ ਮੇਰੇ ਪਿਆਜ਼ ਜੋੜੇ ਹੋਏ ਸੀ ਮੈਂ ਉਹਨਾਂ ਨੂੰ ਅਲੱਗ ਕਰ ਦੂੰਗੀ ਕਿਉਂਕਿ ਉਸ ਤੋਂ ਬਾਅਦ ਵੀ ਜੁੜ ਜਾਂਦੇ ਨਹੀਂ ਇਹ ਬਿਲਕੁਲ ਇਦਾਂ ਕੱਲਾ-ਕੱਲਾ ਪਿਆਜ਼ ਕਰ ਲੈਣਾ ਆਪਾਂ ਕੱਟ ਕੇ ਤੇ ਉਸੇ ਸਾਈਜ਼ ਦੀ ਮੈਂ Shimla mirch ਕੱਟੀ ਆ ਜਿਹੜਾ ਇਹ ਮਸਾਲਾ ਸਬਜੀ ਜਿਹੜਾ ਆਪਾਂ ਬਣਾਇਆ ਸ਼ੁਰੂ ਦੇ ਵਿੱਚ ਇਹ ਸਬਜੀ ਦੀ ਜਾਨ ਆ ਇਹ ਤੋਂ ਬਿਨਾ ਸਬਜੀ ਅਧੂਰੀ ਆ ਆਪਾਂ ਕੋਈ ਗਰਮ ਮਸਾਲਾ ਨਹੀਂ ਪਾਉਣਾ ਕੋਈ ਆਪਾਂ ਚਾਟ ਮਸਾਲਾ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਸਿਰਫ ਆਪਾਂ ਇਹਦੇ ਸਿੰਪਲ ਮਸਾਲੇ ਦੇ ਨਾਲ ਸਬਜੀ ਬਣਾਵਾਂਗੇ ਤੇ ਇਹਦੇ ਅੱਗੇ ਕਿਸੇ ਵੱਡੇ ਵੱਡੇ ਰੈਸਟੋਰੈਂਟ ਹੋਟਲਾਂ ਦੀਆਂ ਸਬ지ਆਂ ਫੇਲ ਹੋਣੀਆਂ ਤੁਸੀਂ ਖੁਦ ਬਣਾ ਕੇ ਦੇਖਿਓ ਘਰੇ ਆਪਣੇ ਤਰੀਕੇ ਨਾਲ ਇਸੇ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਇੰਨੀ ਜਿਹੜੀ ਵਧੀਆ ਸਬਜੀ ਆ ਇਹਨੇ ਸੌਖੇ ਤਰੀਕੇ ਨਾਲ ਬਣ ਜਾਂਦੀ ਆ ਕਿਉਂਕਿ ਜਿਹੜਾ ਸਵਾਦ ਖਾਣਾ ਹੁੰਦਾ ਉਹ ਜਿਆਦਾ ਮੁਸ਼ਕਲ ਨਹੀਂ ਹੁੰਦਾ ਤੇ ਨਾ ਹੀ ਉਹਦੇ ਵਿੱਚ ਜਿਆਦਾ ਮਿਰਚ ਮਸਾਲੇ ਪੈਂਦੇ ਨੇ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਪਨੀਰ ਤਿੰਨ ਚਾਰ ਮਿੰਟ ਭੁੰਨ ਲਿਆ ਸੀ ਮੈਂ ਸਬਜ਼ੀਆਂ ਨੂੰ ਤਾਂ ਕਿ ਜਿਹੜਾ ਆਪਣਾ ਤੇਲ ਆ ਉਹਦੀ ਖੁਸ਼ਬੂ ਆ ਜਿਹੜੀ ਉਹ ਆਪਣੇ ਨਾ ਪਨੀਰ ਦੇ ਵਿੱਚੋਂ ਵੀ ਆਵੇ ਜਿਆਦਾ ਭੁੰਨਣ ਦੀ ਲੋੜ ਨਹੀਂ ਤੁਸੀਂ ਕੱਚਾ ਪਨੀਰ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਭੁੰਨ ਕੇ ਪਾਉਣਾ ਤੇ ਨੂੰ ਆਪਾਂ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਬਣਾਵਾਂਗੇ ਕਿਉਂਕਿ ਆਪਾਂ ਪਨੀਰ ਹੁਣੇ ਬਣਾਇਆ ਤਾਜ਼ਾ ਪਨੀਰ ਆਪਣੇ ਘਰ ਦਾ ਬਣਿਆ ਹੋਇਆ ਤਾਂ ਥੋੜਾ ਜ਼ਿਆਦਾ ਸੌਫਟ ਆ ਕਈ ਵਾਰੀ ਟੁੱਟ ਜਾਂਦਾ ਤੇ ਆਪਾਂ ਇੱਥੇ ਬਿਲਕੁਲ ਅੱਗ ਵੀ ਘੱਟ ਕਰਤੀ ਸਲੋ ਕਰਤਾ ਗੈਸ ਮੈਂ ਕਿਉਂਕਿ ਪਨੀਰ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਬਸ ਇੱਕ ਮਿੰਟ ਆਪਾਂ ਇਹਨੂੰ ਪੁੰਨਾਂਗੇ ਜ਼ਿਆਦਾ ਨਹੀਂ ਪੁੰਨਣਾ ਜਿੰਨਾ ਆਪਾਂ ਸਿੰਪਲ ਸਿੱਧਾ ਸਾਦਾ ਖਾਵਾਂਗੇ ਉਨਾ ਹੀ ਆਪਾਂ ਜ਼ਿਆਦਾ ਸਿਹਤਮੰਦ ਰਹਾਂਗੇ ਮੈਂ ਕਿਸੇ ਦੀ ਬੁਰਾਈ ਨਹੀਂ ਕਰ ਰਹੀ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਹੁੰਦਾ ਵੀ ਭਰ ਭਰ ਕੇ ਕੋਈ ਗਰਮ ਮਸਾਲਾ ਪਾ ਰਿਹਾ ਜੀ ਕੋਈ ਧਨੀਆ ਪਾਊਡਰ ਪਾ ਰਿਹਾ ਤੇ ਇੱਥੇ ਜਿਹੜਾ ਆਪਾਂ ਮਸਾਲਾ ਪਾਇਆ ਸੀ ਇਹਦਾ ਮੈਂ ਇੱਕ ਚਮਚਾ ਪਾ ਦੂੰਗੀ ਮੈਂ ਹੱਥ ਨਾਲ ਹੀ ਪਾਇਆ ਇੱਕ ਚਮਚਾ ਪਾਇਆ ਤਕਰੀਬਨ ਮੈਂ ਜੇ ਵੱਧ ਘੱਟ ਪਾ ਦਾਂਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਸਵਾਦ ਸਬਜ਼ੀ ਬਣਦੀ ਆ ਤੇ ਜੇ ਫਿਰ ਆਪਾਂ ਇੰਨਾ ਸਬਜ਼ੀਆਂ ਦੇ ਵਿੱਚ ਮਸਾਲੇ ਪਾਉਣੇ ਨੇ ਉਹ ਤਾਂ ਸਬਜ਼ੀ ਦੇ ਵਿੱਚੋਂ ਸਬਜ਼ੀ ਦਾ ਸੁਆਦ ਤਾਂ ਬਿਲਕੁਲ ਗਾਇਬ ਹੋ ਜਾਂਦਾ ਮਸਾਲਿਆਂ ਦਾ ਸੁਆਦ ਆਉਂਦਾ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਜਾਣੇ ਉੱਥੇ ਬਹੁਤ ਸਾਰੀਆਂ ਮਸਾਲੇ ਵਾਲੀਆਂ ਸਬਜ਼ੀਆਂ ਬਣੀਆਂ ਆਉਂਦੀਆਂ ਨੇ ਕਿੰਨੀਆਂ ਕ ਆਪਾਂ ਤੋਂ ਖਾ ਹੁੰਦੀਆਂ ਨੇ ਬਿਲਕੁਲ ਵੀ ਆਪਾਂ ਨੂੰ ਉਹਨਾਂ ਚੋਂ ਸਬਜ਼ੀਆਂ ਦਾ ਸੁਆਦ ਆਉਂਦਾ ਹੀ ਨਹੀਂ ਸਿਰਫ ਮਸਾਲੇ ਦਾ ਸੁਆਦ ਆਉਂਦਾ ਤੁਸੀਂ ਇੱਕ ਵਾਰੀ ਇੰਨੇ ਸਿੰਪਲ ਮਸਾਲੇ ਨਾਲ ਸਬਜ਼ੀ ਬਣਾ ਕੇ ਦੇਖਿਓ ਲੋ ਜੀ ਹੁਣ ਆਪਾਂ ਇਹਨੂੰ ਇੱਕ ਸਾਈਡ ਕਰ ਦਾਂਗੇ ਤੇ ਇੱਧਰ ਆਪਾਂ ਕਰਾਂਗੇ ਜੀ ਸਬਜ਼ੀ ਦਾ ਤੜਕਾ ਤਿਆਰ ਇਹ ਲਿਆ ਮੈਂ ਦੇਸੀ ਘਿਓ ਇਹ ਕਈਆਂ ਦੇ ਭਲੇਖਾ ਪਾਲਿਆ ਹੋਇਆ ਜੀ ਦਿਮਾਗ ਦੇ ਵਿੱਚ ਆਪਣੇ ਵੀ ਆਪਾਂ ਦੇਸੀ ਕਿਉਂ ਨਹੀਂ ਸਾਨੂੰ ਖਾਣਾ ਚਾਹੀਦਾ ਦੇਸੀ ਕਿਉਂ ਸਾਨੂੰ ਜ਼ਰੂਰ ਖਾਣਾ ਚਾਹੀਦਾ ਹਰ ਇਨਸਾਨ ਨੂੰ ਖਾਣਾ ਚਾਹੀਦਾ ਚਮਚੇ ਦੋ ਚਮਚੇ ਸਾਨੂੰ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਇਹ ਸਾਡੇ ਅੰਦਰ ਜਾ ਕੇ ਜੰਮਦਾ ਨਹੀਂ ਇਹ ਬਹਿਮ ਆ ਸਾਨੂੰ ਵੀ ਸਾਡੇ ਅੰਦਰ ਜਾ ਕੇ ਜੰਮ ਜਾਂਦਾ ਤੁਸੀਂ ਸਰਦੀਆਂ ਦੇ ਵਿੱਚ ਦੇਸੀ ਕਿਉਂ ਉਹਨੂੰ ਆਪਣੀ ਹਥੇੜੀ ਦੇ ਉੱਤੇ ਰੱਖਿਓ ਥੋੜਾ ਜਾਰਾ ਰਗੜਿਓ ਇਹਨੇ ਪਿਗਲ ਜਾਣਾ ਇਹ ਗਰਮੀਆਂ ਦੇ ਵਿੱਚ ਦੇਖੋ ਪਿਗਲ ਜਾਂਦਾ ਸਰਦੀਆਂ ਦੇ ਵਿੱਚ ਜੰਮ ਜਾਂਦਾ ਤੇ ਥੋੜੀ ਜੀ ਗਰਮੀ ਹੁੰਦੀ ਹੈ ਨੇ ਆਪਣੇ ਆਪ ਪਿਗਲ ਜਾਣਾ ਇਹੀ ਤਰੀਕਾ ਸਾਡੇ ਸਰੀਰ ਨਾਲ ਹੁੰਦਾ ਜਦੋਂ ਇਹ ਸਾਡੇ ਅੰਦਰ ਜਾਂਦਾ ਤਾਂ ਸਾਡੇ ਜਿਹੜਾ ਸਾਡੇ ਅੰਦਰਲਾ ਟੈਂਪਰੇਚਰ ਹੁੰਦਾ ਉਹਦੇ ਨਾਲ ਜਿਹੜਾ ਦੇਸੀ ਘਿਓ ਹੈ ਉਹ ਪਿਗਲ ਜਾਂਦਾ ਬਿਲਕੁਲ ਵੀ ਸਾਨੂੰ ਇਹ ਕੋਈ ਨੁਕਸਾਨ ਨਹੀਂ ਕਰਦਾ ਤੁਸੀਂ ਜ਼ਰੂਰ ਖਾਇਆ ਕਰੋ ਆਪਣੇ ਬੱਚਿਆਂ ਨੂੰ ਖੁੱਲਾ ਘਿਓ ਦਿਆ ਕਰੋ ਬਿਲਕੁਲ ਵਹਿਮ ਨਾ ਕਰਿਆ ਕਰੋ ਵੀ ਦੇਸੀ ਘਿਓ ਸਾਨੂੰ ਨਹੀਂ ਖਾਣਾ ਚਾਹੀਦਾ ਦੇਸੀ ਘਿਓ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਸਾਨੂੰ ਸਾਰਿਆਂ ਨੂੰ ਖਾਣਾ ਚਾਹੀਦਾ ਵੱਡੀ ਏਜਦਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਖਾਣਾ ਚਾਹੀਦਾ ਥੋੜਾ ਬਹੁਤਾ ਜੇ ਅਸੀਂ ਬਿਲਕੁਲ ਦੇਸੀ ਕਿਉਂ ਬੰਦ ਕਰ ਦੇਾਂਗੇ ਤਾਂ ਅਸੀਂ ਬਿਮਾਰ ਹੀ ਹੋਵਾਂਗੇ ਸਾਨੂੰ ਬਿਮਾਰੀਆਂ ਹੋਰ ਜ਼ਿਆਦਾ ਲੱਗਣਗੀਆਂ ਤੇ ਇੱਥੇ ਅੱਧੇਕ ਮੇਰੇ ਪਿਆਜ਼ ਪੁੱਜ ਗਏ ਸੀ ਤੇ ਨਾਲ ਹੀ ਮੈਂ ਇਹਦੇ ਵਿੱਚ ਪਾਤਾ ਜੀ ਆਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਜਿਹੜਾ ਇਹ ਪਿਆਜ਼ ਮੈਂ ਬਰੀਕ ਕੱਟਿਆ ਸੀ ਇਹ ਜਿਹੜਾ ਮੈਂ ਕਲੀਆਂ ਬਣਾਈਆਂ ਸੀ ਪਿਆਜ਼ ਨਹੀਂ ਉਸੇ ਦੇ ਵਿੱਚੋਂ ਬਚੇ ਹੋਏ ਪਿਆਜ਼ ਸੀ ਇਹਨਾਂ ਨੂੰ ਮੈਂ ਬਿਲਕੁਲ ਬਰੀਕ ਕੱਟ ਲਿਆ ਸੀ ਚੌਪਰ ਦੇ ਨਾਲ ਮੈਂ ਚੋਪ ਕਰ ਲਿਆ ਸੀ ਇਹਨੂੰ ਤੇ ਇੱਧਰ ਮੈਂ ਇੱਕ ਟਮਾਟਰ ਦਾ ਪੇਸਟ ਬਣਾਇਆ ਕੁੰਡੇ ਦੇ ਵਿੱਚ ਕੁੱਟ ਕੇ ਇੱਥੇ ਮੈਂ ਦਿਖਾਇਆ ਨਹੀਂ ਸੌਰੀ ਮੈਥੋਂ ਵੀਡੀਓ ਨਹੀਂ ਰਿਕਾਰਡ ਹੋਈ ਸੀ ਤੁਸੀਂ ਜ਼ਿਆਦਾ ਟਮਾਟਰ ਦਾ ਪੇਸਟ ਵੀ ਪਾ ਸਕਦੇ ਹੋ ਇੱਥੇ 2-3 ਦਾ ਵੀ ਪਾ ਸਕਦੇ ਹੋ ਪਰ ਸਾਡੇ ਖੱਟਾ ਜ਼ਿਆਦਾ ਨਹੀਂ ਖਾਦਾ ਜਾਂਦਾ ਤੇ ਤੁਸੀਂ ਪਰ ਇੱਕ ਟਮਾਟਰ ਦਾ ਹੀ ਪਾ ਕੇ ਦੇਖਿਓ ਜਿੱਦਣ ਸਬਜ਼ੀ ਬਣਾਈ ਰਾਤ ਦਾ ਟਾਈਮ ਸੀਗਾ ਕਾਫੀ ਜ਼ਿਆਦਾ ਹਨੇਰਾ ਹੋ ਗਿਆ ਸੀ ਸੋ ਸਬਜ਼ੀ ਦਾ ਕਲਰ ਆ ਜਿਹੜਾ ਬਿਲਕੁਲ ਵੀ ਇੱਥੇ ਸਹੀ ਨਹੀਂ ਆ ਰਿਹਾ ਮਸਾਲੇ ਬਿਲਕੁਲ ਪੁੱਜ ਚੁੱਕੇ ਸੀ ਤੇ ਨਾਲ ਹੀ ਹੁਣ ਆਪਾਂ ਪਾਵਾਂਗੇ ਇੱਥੇ ਹਲਦੀ ਬੇਸਿਕ ਮਸਾਲੇ ਜਿਨਾਂ ਬਿਨਾ ਸਬਜ਼ੀ ਅਧੂਰੀ ਆ ਲੂਣ ਤੇ ਮਿਰਚ ਸਿਰਫ ਤਿੰਨ ਮਸਾਲੇ ਪਾਵਾਂਗੇ ਕੋਈ ਗਰਮ ਮਸਾਲਾ ਨਹੀਂ ਪਾਉਣਾ ਕੋਈ ਧਨੀਆ ਪਾਊਡਰ ਨਹੀਂ ਪਾਉਣਾ ਕੋਈ ਚਾਟ ਮਸਾਲਾ ਨਹੀਂ ਪਾਉਣਾ ਮਿਰਚ ਮੈਂ ਥੋੜੀ ਜਿਹੀ ਘਾਟੀ ਪਾਉਂਗੀ ਕਿਉਂਕਿ ਮੈਂ ਹਰੀਆਂ ਮਿਰਚਾਂ ਵੀ ਪਾਈਆਂ ਨੇ ਚੰਗੀ ਤਰ੍ਹਾਂ ਆਪਾਂ ਹਿਲਾ ਲਾਂਗੇ ਥੋੜਾ ਜਿਹਾ ਟਾਈਮ ਪੁੱਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਵਾਂਗੇ ਪਾਣੀ ਕੀ ਪਾਣੀ ਪਾ ਕੇ ਮਸਾਲਾ ਛੇਤੀ ਭੁੱਜ ਜਾਂਦਾ ਜਿਆਦਾ ਵਧੀਆ ਭੁੱਜਦਾ ਬਿਲਕੁਲ ਵੀ ਕੱਚਾ ਨਹੀਂ ਰਹਿੰਦਾ ਖੁਸ਼ਬੂ ਨਹੀਂ ਆਉਂਦੀ ਕੱਚੇ ਮਸਾਲੇ ਦੀ ਤੇ ਸਾਰਾ ਕੜਾਹੀ ਦੇ ਨਾਲ ਆਪਾਂ ਉਤਾਰ ਲਾਂਗੇ ਕਿਉਂਕਿ ਲਸਣ ਕੜਾਹੀ ਦੇ ਨਾਲ ਚਿਪਕਣਾ ਸ਼ੁਰੂ ਹੋ ਜਾਂਦਾ ਜੇ ਤੁਸੀਂ ਥੋੜੀ ਜੀ ਰਸ ਵਾਲੀ ਸਬਜ਼ੀ ਬਣਾਉਣੀ ਆ ਤਾਂ ਤੁਸੀਂ ਪਾਣੀ ਇੱਥੇ ਜ਼ਿਆਦਾ ਪਾ ਸਕਦੇ ਹੋ ਪਰ ਆਪਾਂ ਬਿਲਕੁਲ ਸੁੱਕੀ ਬਣਾਵਾਂਗੇ ਜੇ ਤੁਹਾਡੇ ਘਰੇ ਦੇਸੀ ਘਿਓ ਆ ਤਾਂ ਤੁਸੀਂ ਸਰਦੀਆਂ ਦੇ ਵਿੱਚ ਦੇਸੀ ਘਿਓ ਦਾ ਹੀ ਤੜਕਾ ਲਾਇਆ ਕਰੋ ਕਿਉਂਕਿ ਦੇਸੀ ਘਿਓ ਨਾਲੋਂ ਜ਼ਿਆਦਾ ਸ਼ੁੱਧ ਕੋਈ ਚੀਜ਼ ਨਹੀਂ ਹੋ ਸਕਦੀ ਜਿਹਨੂੰ ਅਸੀਂ ਆਪਣੇ ਹੱਥੀਂ ਬਣਾਉਨੇ ਆ ਤੇ ਇੱਕ ਦੇਸੀ ਘਿਓ ਨੂੰ ਸਾੜਿਆ ਨਾ ਕਰੋ ਬਿਲਕੁਲ ਵੀ ਪਲੀਜ਼ ਦੇਸੀ ਘਿਓ ਨੂੰ ਜਦੋਂ ਆਪਾਂ ਸਾੜ ਦਿੰਨੇ ਆ ਉਹਦੇ ਵਿੱਚੋਂ ਸਾਰੀ ਜਿਹੜੀ ਤਾਕਤ ਹੁੰਦੀ ਆ ਜਿਹੜੇ ਉਹਦੇ ਵਿੱਚ ਤੱਤ ਹੁੰਦੇ ਨੇ ਉਹਨੂੰ ਅਸੀਂ ਸਾੜ ਦਿੰਨੇ ਆ ਬਿਲਕੁਲ ਵੀ ਸਾੜਨਾ ਨਹੀਂ ਹੁੰਦਾ ਦੇਸੀ ਘਿਓ ਨੂੰ ਜਦੋਂ ਆਪਾਂ ਤੜਕਾ ਲਾਉਨੇ ਆ ਤਾਂ ਨਾਲ ਦੀ ਨਾਲ ਜੀਰਾ ਪਾਓ ਤੇ ਥੋੜਾ ਜਿਹਾ ਤੜਕਣ ਤੋਂ ਬਾਅਦ ਹੀ ਮਸਾਲੇ ਪਾ ਦਿਓ ਤੇ ਲੋ ਜੀ ਇੱਥੇ ਮੈਂ ਹੋਰ ਪਾਣੀ ਪਾਤਾ ਬਿਲਕੁਲ ਆਪਾਂ ਇਹਨੂੰ ਨਾਲ ਉਤਾਰੋ ਕਿ ਕੜਾਹੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਤੱਕ ਇਹ ਆਪਣਾ ਜਿਹੜਾ ਕਿਉ ਤੇਲਾ ਅਲੱਗ ਨਹੀਂ ਕਰ ਦਿੰਦਾ ਘਟੋ ਘਟ ਆਪਾਂ ਇਹਨੂੰ 5-6 ਮਿੰਟ ਭੁੰਨਾਂਗੇ ਸਾਰੀ ਸਬਜ਼ੀਆ ਜਿਹੜੀ ਆਪਣੀ 10-15 ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦੀ ਆ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਤੇ ਲਓ ਜੀ ਆਪਣਾ ਮਸਾਲਾ ਬਿਲਕੁਲ ਚੰਗੀ ਤਰ੍ਹਾਂ ਭੁੱਜ ਗਿਆ ਤੇ ਇਹਨੂੰ ਆਪਾਂ ਉਸੇ ਕੜਾਹੀ ਦੇ ਵਿੱਚ ਹੀ ਪਾ ਦਾਂਗੇ ਕਿਉਂਕਿ ਉਹ ਕੜਾਹੀ ਵੱਡੀ ਆ ਛੋਟੀ ਆ ਸਾਰਾ ਚੰਗੀ ਤਰ੍ਹਾਂ ਉਤਾਰ ਲਾਂਗੇ ਆਪਾਂ ਤੇ ਇਹਨੂੰ ਆਪਾਂ ਲਵਾਵਾਂਗੇ ਜੀ 1-2 ਮਿੰਟਾਂ ਦਾ ਸੇਕ ਇਧਰ ਮੈਂ ਇਹਨੂੰ ਗੈਸ 'ਤੇ ਰੱਖ ਲਿਆ ਮੈਂ ਬਿਲਕੁਲ ਇਹਨੂੰ ਹਲਕੇ-ਹਲਕੇ ਹੱਥਾਂ ਨਾਲ ਹਲਾਉਣੀ ਆ ਕਿਉਂਕਿ ਮੇਰਾ ਪਨੀਰ ਬਹੁਤ ਜ਼ਿਆਦਾ ਸੌਫਟ ਆ ਤਾਜ਼ਾ ਬਣਿਆ ਹੋਇਆ ਬਾਜ਼ਾਰ ਵਾਲਾ ਪਨੀਰ ਥੋੜਾ ਜਿਹਾ ਸਖਤ ਹੁੰਦਾ ਪਰ ਇਹਨਾਂ ਛੇਤੀ ਟੁੱਟਦਾ ਵੀ ਨਹੀਂ ਹੈਗਾ ਵੀ ਜੇ ਤੁਸੀਂ ਕਹੋ ਵੀ ਐਦਾਂ ਹੀ ਘਰ ਦਾ ਬਣਿਆ ਹੋਇਆ ਪਨੀਰ ਵਿੱਚ ਹੀ ਮੈਲਟ ਹੋ ਜਾਊਗਾ ਬਿਲਕੁਲ ਨਹੀਂ ਇੱਥੇ ਕੁਛ ਮੇਰਾ ਪਨੀਰ ਜੁੜਿਆ ਹੋਇਆ ਸੀ ਮੈਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਇਦਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਹਿਲਾ ਸਕਦੇ ਹੋ ਤੇ ਨੂੰ ਆਪਾਂ 2 ਮਿੰਟਾਂ ਦਾ ਸੇਕ ਲਵਾ ਦਾਂਗੇ ਤਾਂ ਕਿ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਸਬਜ਼ੀਆਂ ਦੇ ਵਿੱਚ ਤੇ ਪਨੀਰ ਦੇ ਵਿੱਚ ਰਚ ਜਾਵੇ ਜੇ ਤੁਹਾਡੀ ਇੱਥੇ ਸਬਜ਼ੀ ਥੱਲੇ ਲੱਗਦੀ ਹੈ ਤਾਂ ਤੁਸੀਂ ਪਾਣੀ ਦਾ ਛਿੱਟਾ ਦੇ ਸਕਦੇ ਹੋ ਪਾਣੀ ਲੈ ਕੇ ਤੁਸੀਂ ਆਪਣੇ ਹੱਥ ਦੀ ਹਥੇਲੀ ਤੇ ਪਾ ਕੇ ਉਹਦਾ ਛਿੱਟਾ ਲਾ ਸਕਦੇ ਹੋ ਪਰ ਪਾਣੀ ਜ਼ਿਆਦਾ ਨਾ ਪਾਓ ਕਿਉਂਕਿ ਜੇ ਤੁਸੀਂ ਸਬਜ਼ੀ ਪਾਣੀ ਜ਼ਿਆਦਾ ਪਾਤਾ ਫਿਰ ਇਹ ਓਵਰਕੁੱਕ ਹੋਊਗੀ ਫਿਰ ਉਹਦੇ ਨਾਲ ਤੁਹਾਡੀ ਸਬਜ਼ੀ ਬਿਲਕੁਲ ਵੀ ਸਵਾਦ ਨਹੀਂ ਬਣਨੀ ਸਬਜੀ ਓਵਰ ਕੁਕ ਨਹੀਂ ਹੋਣੀ ਚਾਹੀਦੀ ਸਿਰਫ ਮਸਾਲੇ ਨੂੰ ਰਚਾਉਣ ਵਾਸਤੇ ਤੁਸੀਂ ਇਹਦੇ ਚ ਥੋੜਾ ਜਿਹਾ ਪਾਣੀ ਪਾ ਸਕਦੇ ਹੋ ਜਿਵੇਂ ਤੁਸੀਂ ਕਹਿ ਸਕਦੇ ਹੋ ਵੀ 5-4 ਚਮਚੇ ਪਾਣੀ ਦੇ ਪਾ ਲਓ ਜੀ ਆਪਾਂ ਇਹਨੂੰ ਟੱਕ ਕੇ ਪਕਾਵਾਂਗੇ 2-4 ਮਿੰਟ ਜਿਆਦਾ ਟਾਈਮ ਆਪਾਂ ਨਹੀਂ ਪਕਾਉਣਾ ਤੇ ਚਲੋ ਜੀ ਆਪਣੀ ਸਬਜੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਕੜਾਹੀ ਪਨੀਰ ਚਲੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਚਲੋ ਜੀ ਫਿਰ ਮਿਲਦੇ ਆ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰੇ ਜਾਣੇ ਹੱਸਦੇ ਵਸਦੇ ਰਹੋ ਖੁਸ਼ ਰਹੋ